ਇਹ ਜਿਹੜੀ ਮੀਟਿੰਗ ਅਸੀਂ ਕੀਤੀਆਂ ਗਈਆਂ ਕੀ ਕਰਨਾ ਚਾਹੋਗੇ ਇਸ ਬਾਰੇ ਅੱਜ ਸਵੇਰ ਤੋਂ ਹੀ ਪਿੰਡਾਂ ਦੇ ਵਿੱਚ ਮੀਟਿੰਗਾਂ ਵੀ ਹੋਈਆਂ ਦੋਲਟ ਦੋਰ ਵੀ ਕਈ ਥਾਈ ਹੋਇਆ ਤੇ ਤੁਸੀਂ ਦੇਖਿਆ ਕਿ ਹਰ ਪਿੰਡ ਦੇ ਵਿੱਚ ਕਾਫਲਾ ਵਧਿਆ ਆ ਭਗੜਨੇ ਤੋਂ ਪਹਿਲਾਂ ਇੱਥੋਂ ਪਹਿਲਾਂ ਪੰਦੇਸ ਆਪਾਂ ਗਲਾਂ ਦੇ ਵਿੱਚ ਉੱਥੋਂ 30 40 ਪਰਿਵਾਰ ਜਿਹੜੇ ਆ ਉਹ ਅੱਜ ਸ਼ਰਮਣੀ ਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਦੋਸਰੀਆਂ ਆਮ ਨੂੰ ਕੋ ਛੱਡ ਕੇ ਕੁਝ ਕਾਂਗਰਸ ਨੂੰ ਛੱਡ ਕੇ ਅੱਜ ਆਪਾਂ ਹੁਣ ਇੱਥੇ ਆਏ ਆ ਪਿੰਡ ਖਰ ਆਪਣਾ ਖੁਰਮੜੀਆਂ ਦੇ ਵਿੱਚ ਇਹ ਪਠਾ ਆਪਣੇ ਚੀਚੇ ਆਉਂਦਾ ਸਾਹ ਜਸ਼ਵੀਰ ਸਿੰਘ ਹੋ ਰਹੇ ਨੇ ਇਹਨਾਂ ਦੇ ਸਾਰੇ ਸਾਥੀਆਂ ਦਾ ਤੇ ਇਸੇ ਵੀ ਕਿਨਾਰੇ ਕਾਫੀ ਪਰਿਵਾਰ ਜਿਹੜਾ 30 ਪਰਿਵਾਰ ਦੇ ਲਗਭਗ ਇੱਥੇ ਵੀ ਸ਼੍ਰਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਔਰ ਮੈਂ ਸਮਝਦਾ ਕਿ ਸ਼੍ਰਮਣੀ ਅਕਾਲੀ ਦਲ ਦਾ ਜਿਹੜਾ ਜਹਾਜ ਆ ਜਿਹੜਾ ਉਹ ਦਿਨੋਂ ਦਿਨ ਵਧ ਰਿਹਾ ਔਰ ਕਾਫਲਾ ਬਹੁਤ ਲੰਬਾ ਹੋ ਜਾਏਗਾ ਹੋਰ 2-4 ਦਿਨ ਤੱਕ ਲੋਕ ਇਹ ਸਮਝਣ ਲੱਪੇ ਕਿ ਪੰਜਾਬ ਦੇ ਵਿੱਚ ਜੇ ਖੇਤਰੀ ਕੋਈ ਪਾਰਟੀ ਆ ਜਾਂ ਪੰਜਾਬੀਆਂ ਦੀ ਗੱਲ ਕਰਦੀ ਆ ਜਾਂ ਪੰਜਾਬੀਆਂ ਦੇ ਨਾਲ ਖੜੀ ਹੁੰਦੀ ਆ ਜਾਂ ਪੰਜਾਬ ਦਾ ਕੋਈ ਵੀ ਮੁੱਦਾ ਆਉਂਦਾ ਉਹ ਕਾਲੀ ਦਾਲ ਹੀ ਸਟੈਂਡ ਕਲੀਅਰ ਲੈਂਦਾ ਹੋਰ ਪਾਰਟੀ ਕੋਈ ਲੈਂਦੀ ਨਹੀਂ ਇਸ ਕਰਕੇ ਜਿੱਥੇ ਉਹ ਸਕੀਮਾ ਬਣਾ ਕੇ ਲਾਗੂ ਵੀ ਕਰਦੀ ਉੱਥੇ ਮੁੱਦਿਆਂ ਦੇ ਵੀ ਖੜੀ ਹੁੰਦੀ ਆ ਤੇ ਸ਼੍ਰੋਮਣੀ ਕਾਲੀ ਦਾਲ ਜਿਹੜਾ ਉਹ ਪੰਜਾਬ ਦੀ ਪੰਜਾਬੀਆਂ ਦੀ ਮਾਂ ਪਾਰਟੀ ਹੈ ਤੇ ਮਾਂ ਫਿਰ ਹਮੇਸ਼ਾ ਹੀ ਸਾਰੇ ਪਰਿਵਾਰ ਦੀਆਂ ਅਰਦਾਸਾਂ ਕਰਦੀ ਆ ਤਕੀ ਵਾਤੇ ਖੁਸ਼ੀ ਵਾਤੇ ਇਹ ਹਰ ਦਾਖੇਰਦਾ ਮੇਰਾ ਪਰਿਵਾਰ ਰਵੇ ਇਸ ਕਰਕੇ ਬਾਲ ਸਾਹਿਬ ਨੇ ਤੁਸੀਂ ਵੇਖਿਆ ਜਦੋਂ ਜਦੋਂ ਵੀ ਸੇਵਾ ਪੰਜਾਬ ਦੀ ਸੰਗਤਾਂ ਨੇ ਉਹਨਾਂ ਨੂੰ ਦਿੱਤੀ ਹੈ ਉਦੋਂ ਉਦੋਂ ਹੀਆਂ ਸੜਕਾਂ ਦੇ ਵਿਕਾਸ ਹੋਏ ਨੇ ਡਵੈਲਪਮੈਂਟ ਜਿੰਨੀ ਹੋਈਆਂ ਉਦੋਂ ਹੀ ਗਰੀਬਾਂ ਦੀਆਂ ਸਕੀਮਾਂ ਚੱਲੀਆਂ ਉਸ ਵੇਲੇ ਪੰਜਾਬ ਦੇ ਵਿੱਚ 32 ਸਰਪਲਸ ਵਾਧੂ ਬਿਜਲੀ ਹੋਈ ਹੈ 24 ਘੰਟੇ ਡੇਰਿਆਂ ਤੇ ਪਿੰਡਾਂ ਦੇ ਵਿੱਚ ਸ਼ਹਿਰਾਂ ਨੂੰ ਔਰ کارਖਾਨਿਆਂ ਨੇ ਪੂਰੀ ਮਿਲਣੀ ਬੱਤੀ ਟੂਬਲਾਂ ਨੂੰ 8 ਘੰਟੇ ਉਹ ਵੀ ਸ਼ਰਮਣੀ ਅਕਾਲੀ ਦਲ ਦੀ ਮਨਸ਼ਾਮ ਦਾ ਦੇਣ ਹੈ ਤੇ ਸਾਰੀਆਂ ਗਰੀਬਾਂ ਦੀਆਂ ਜਿੰਨੀਆਂ ਸ਼ਿਕਾਇਮਾਂ ਸੀ ਲੱਭੇ ਵੀ ਸਾਨੂੰ ਕਾਂਗਰਸ ਪਾਰਟੀ ਪਿਛੇ ਝੂਠ ਮਾਰ ਕੇ ਸਵਾ ਖਾ ਕੇ ਜਿਹੜੀ ਸਰਕਾਰ ਬਣਾਗੀ ਅੱਜ ਮੁਲਾਜ਼ਮ ਵੀ ਪੇਸ਼ਤਾ ਰਹਿਆ ਵਪਾਰੀ ਵੀ ਪੇਸ਼ਤਾ ਰਹਿਆ ਇਸ ਕਰਕੇ ਕਾਫਲਾ ਬਹੁਤ ਵੱਡਾ ਬਣ ਰਿਹਾ ਤੇ ਆਉਣ ਵਾਲੇ ਸਮੇਂ 'ਚ 2022 ਦਾ ਜਿਹੜਾ ਮਿਸ਼ਨ ਹੈ 20 ਤਰੀਕ ਨੂੰ ਵੋਟਾਂ ਪਾਣੀਆਂ ਉਹਦੇ ਵਿੱਚ ਭਾਰੀ ਬਹੁਮਤ ਦੇ ਨਾਲ ਸ਼ਰਮਣੀ ਅਕਾਲੀ ਦਲ ਤੇ ਭੋਗਜਨ ਸਮਾਜ ਪਾਰਟੀ ਜਿਹੜੀ ਹੋਰ ਸ਼ਾਂਜੀ ਜਿਹੜੀ ਮੇਂ ਦੁਆਰਾ ਉਹਨਾਂ ਦੀ ਸੰਘਰਸ਼ਣ ਜਿਹੜਾ ਹੋਇਆ ਉਹ ਸਰਕਾਰ ਬਣੇਗੀ ਜਿਹਦੇ ਮੁੱਖ ਮੰਤਰੀ ਸਾਡੇ ਸstdcਾਰੀਓ ਸਰਦਾਰ ਸੁਖਬੀਰ ਸਿੰਘ ਬਾਦਸਾ ਬਣਨਗੇ ਮੰਤਰੀ ਸਾਹਿਬ ਇੱਕ ਚੀਜ਼ ਹੈ ਜਦੋਂ ਆਪਾਂ ਅਕਾਲੀ ਦਲ ਦੀਆਂ ਰੈਲੀਆਂ ਵੀ ਹੁੰਦੇ ਆ ਜਿਹਦਾ ਜਗੱਟੇ ਹੁੰਦਾ ਲੱਗ ਤੁਹਾਨੂੰ ਲੱਗਦਾ ਕਿ ਝਾੜੂ ਦੇ ਨਾਲ ਸਭ ਤੋਂ ਵੱਧ ਕੰਪੀਟੀਸ਼ਨ ਹੈ ਤੁਹਾਡਾ ਸਾਡਾ ਸਾਰੀਆਂ ਪਾਰਟੀਆਂ ਨੇ ਕਾਂਗਰਸ ਵੀ ਉੱਥੇ ਹੈਗੀ ਆ ਝਾੜੂ ਵਾਲੇ ਵੀ ਹੈਗੇ ਆ ਬੀਜੇਪੀ ਵੀ ਵਾਲੀ ਹੈਗੇ ਆ ਮੁਕਾਬਲਾ ਕਰਨਾ ਹੁੰਦਾ ਹੈ ਤੇ ਸੰਗਤਾਂ ਦਰਸ਼ਣੀਆਂ 20 ਤਰੀਕ ਨੂੰ ਜਾਂ ਗੁਰੂ ਦੱਸੂਗਾ ਸਾਰੀਆਂ ਪਾਰਟੀਆਂ ਮੈਂ ਤੇ ਕਹੂੰਗਾ ਕਿ ਤਿੰਨੇ ਹੀ ਪਾਰਟੀਆਂ ਸ਼ਰਮਣੀ ਕਾਲੀ ਕਾਲੀਆਂ ਦਾ ਨੂੰ ਕਮਜ਼ੋਰ ਕਰਨ ਵਾਸਤੇ ਪੰਜਾਬ ਨੂੰ ਕਮਜ਼ੋਰ ਕਰਨ ਵਾਸਤੇ ਪੰਜਾਬੀਆਂ ਨੂੰ ਕਮਜ਼ੋਰ ਕਰਨ ਤੇ ਲੱਗੀਆਂ ਸਾਡੇ ਲਈ ਸਾਰੀਆਂ ਸਾਡੀਆਂ ਤਿੰਨੇ ਪਾਰਟੀਆਂ ਜਿਹੜੀਆਂ ਪੰਜਾਬੀਆਂ ਦੀਆਂ ਦੁਸ਼ਮਣ ਪਾਰਟੀਆਂ ਔਰ ਕਿਸੇ ਵੀ ਢੰਗ ਨਾਲ ਸਵਾ ਖਾ ਕੇ ਵੀ ਸਰਕਾਰ ਬਣਾਉਣੀ ਚਾਹੁੰਦੇ ਇਹ ਧੌਂਰ ਮਾੜੀ ਗੱਲ ਕਿਹੜੀ ਹੋ ਸਕਦੀ ਇਸ ਕਰਕੇ ਮੁਕਾਬਲਾ ਤੇ ਸੰਗਤਾਂ ਨੇ ਦੱਸਦਣਾ ਇਹ ਕਿਹਦਾ ਕਿਹਨਾ ਮੁਕਾਬਲਾ ਗੁਰੂ ਦੀ ਕਿਰਪਾ ਹੋਏਗੀ ਭਾਰੀ ਬਹੁਤ ਮਦਦ ਨਾਲ ਜਿਹੜਾ ਟਾਰੀ ਵਾਲੀ ਸੀਟ ਵੀ ਬੜੀ ਕਿਰਪਾ ਹੋਏਗੀ ਗੁਰੂ ਸਾਹਿਬ ਦੀ ਤੇ ਪੰਜਾਬ ਦੇ ਵਿੱਚੋਂ ਇਹ ਸੀਟਾਂ ਕਾਫੀ ਜੜੀਆਂ ਉਹ ਨਿਕਲੀਆਂ ਮੰਤਰੀ ਸਾਹਿਬ ਹਲਕਾ ਟਾਰੀ ਦੇ ਵਿੱਚ ਨਸ਼ਾ ਇੱਕ ਹਜੇ ਵੀ ਪਿੰਡਾਂ ਦੇ ਵਿੱਚ ਜਦ ਕਿ 10 ਸਾਲ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਹੀਂ ਤੇ ਅਜੇ ਵੀ ਜਿਹੜਾ ਵਸਤੂ ਜਾਰੀ ਹੈ ਕੀ ਨਵੇਂ ਪਲਾਨ ਤੁਹਾਡੇ ਕੋਲ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੇ ਕਾਫੀ ਫਰਕ ਪਾਇਆ ਹੈ ਇਹ ਨਹੀਂ ਵੀ ਹੜਿਆ ਸੀ ਕਾਫੀ ਹੱਦ ਤੱਕ ਕੰਟਰੋਲ 'ਚ ਆ ਗਿਆ ਹੈ ਕੰਮ ਔਰ ਸਰਕਾਰ ਬਦਲਣ ਦੇ ਕਰਕੇ ਹੁਣ ਤੇ ਬਿਲਕੁਲ ਹੀ ਕੰਮ ਕਿਨਾਰੇ ਤੇ ਆ ਗਿਆ ਸਮੈਗ ਦਾ ਵੀ ਪਿੰਡਾਂ ਚ ਵਗਣ ਲੱਗ ਪਈ ਸ਼ਰਾਬ ਵੀ ਇਸ ਕਰਕੇ ਮੈਂ ਸਮਝਦਾ ਕਿ ਸਭ ਤੋਂ ਖਤਰਨਾਕ ਨਸ਼ਾ ਕੋਈ ਵੀ ਮਾੜਾ ਇਹਨਾਂ ਵੀ ਨਸ਼ਾ ਚੰਗਾ ਭਾਵੇਂ ਸ਼ਰੀਰ ਨੂੰ ਤੇ ਭਾਵੇਂ ਸ਼ਰਾਬ ਹੈ ਆਪਾਂ ਨੇ ਤਮਾਕੂ ਆ ਭਾਵੇਂ ਸਮੈਗ ਆ ਪਰ ਸਭ ਤੋਂ ਮਾੜੀ ਹੈ ਜਿਹੜੀ ਸਮੈਗ ਜਿਹੜੀ ਹਰ ਘਰ ਜਿੱਦੋਂ ਲੱਗ ਜਾਂਦੀ ਉਹ ਬੱਚੇ ਬਿਲਕੁਲੋਂ ਵੱਜਦੇ ਨਹੀਂ ਉਹਨਾਂ ਦਾ ਐਂਡ ਹੋ ਜਾਂਦਾ ਬੱਚੇ ਦਾ ਵਿਚਾਰੇ ਤੋਂ ਘਰਾਂ ਦੇ ਘਰ ਬਰਬਾਦ ਹੁੰਦੇ ਇਸ ਕਰਕੇ ਕੰਟਰੋਲ ਹੋਣਾ ਚਾਹੀਦਾ ਪਰ ਸਾਡੀ ਪਹਿਲ ਜਿਹੜੀ ਉਹ ਇਸ ਤਰੀਕੇ ਤੇ ਵੀ ਹੋਏਗੀ ਵੀ ਇਹਨੂੰ ਕੇਸ ਤਾਂ ਨਾਲ ਕਬ ਕੰਟਰੋਲ ਵੀ ਹੋਵੇ ਇਹਨੂੰ ਖਤਮ ਵੀ ਕੀਤਾ ਜਾਵੇ ਇਹ ਕੱਲ ਪ੍ਰਧਾਨ ਸਾਹਿਬ ਵੀ ਸਾਡੇ ਬੋਲੇ ਸੀ ਇਹਨੂੰ ਕੋਸ਼ਿਸ਼ ਸਾਡੀ ਪੂਰੀ ਹੋਏਗੀ ਕਿਉਂਕਿ ਸਾਰਿਆਂ ਲਈ ਮਹੌਕਤ ਹੁੰਦਾ ਸਰ ਹਲਕਾ ਟਾਈ ਦੇ ਵਿੱਚ ਸਭ ਤੋਂ ਵਧੀਆ ਤੇ ਭਾਰੀ ਬਹੁਮੰਦ ਦੇ ਨਾਲ ਤਾਂ ਦੱਸੋ ਤੁਸੀਂ ਦੱਸੋ ਕਿ ਇੱਕ ਤਾਂ ਪਿੰਡਾਂ ਚ ਸਾਡੇ ਅੱਗੇ 8ਵੀਂ 7ਵੀਂ ਚੌੜ ਮੇਰੀ ਵੀ ਹੋ ਗਈ ਹੈ ਤੇ ਮੈਂ ਦੇਖਿਆ ਕਿ ਪਹਿਲਾਂ ਕਦੀ ਇੰਨਾ ਛਾਂ ਇੰਨੀ ਸ਼ਾਹ ਜਿਹੜਾ ਸੰਤਾਜ ਨਹੀਂ ਸੀ ਸ਼ਰਤਿਕਾ ਵੱਤ ਤੋਂ ਦਾ 30 25000 ਦਾ ਇੱਥੇ ਇੱਕ ਲੱਗਦੀਆਂ ਜੇ ਉਹ ਵੱਧ ਨਹੀਂ ਲੱਗਦੀ 30 ਵੱਤ ਵੱਦ ਹੁਣ ਬਹੁਤ ਜ਼ਿਆਹ ਲੱਗੀਆਂ ਨੇ ਤਾਂ ਅਜੇ ਤੱਕ ਕੋਈ ਡਿਮਾਂਡ ਆਈ ਨਹੀਂ ਲੋਕੀ ਚਾਵਾ ਨਾਲ ਲੋਕ ਲਾ ਰਹੇ ਆ ਇਹ ਸਰ ਕਿੰਨੇ ਕ ਲੱਗੀਆਂ ਜੀ ਇਹ ਹੁਣ ਅੰਦਾਜ਼ਾ ਨਹੀਂ ਕਹਿ ਸਕਦੇ ਪਰ ਮਲਕ ਚਾਵਾ ਦੇ ਨਾਲ ਲੋਕ ਅਜੇ ਤੱਕ ਵੀ ਲੋਕ ਮੰਗ ਰਹੇ ਨੇ ਵੀ ਸਾਨੂੰ ਇਹ ਦੋ ਸਾਨੂੰ ਦੋ ਇਹ ਚਾਹ ਹੈ ਲੋਕਾਂ ਦਾ ਸ਼ਾਹ ਹੈ ਇਥੋਂ ਪਤਾ ਲੱਗਦਾ ਵੀ ਕਾਲੀ ਦਾਲ ਬਹੁਤ ਭਾਰੀ ਬਹੁਤ ਮਰਨਾ ਜਿੱਤੇ ਜਾਂ ਹੋਰ ਕਾਲੀ ਦਾਲ ਦੇ ਲੋਕੀ ਕਿਉਂ ਜਿੱਤੇ ਗਾਏ ਵੀ ਗੱਲ ਨਾਲ ਹੈ ਵੀ ਜਿੱਤੇ ਕਾ ਕਿਉਂ ਮਤਲਬ ਖਾਰੀ ਹਲਕੇ ਦੇ ਵਿੱਚ ਜੇ ਕਿਤੇ ਵਿਕਾਸ ਦਾ ਗੱਲ ਕਰੀਏ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਹੋਇਆ ਜੇ ਤਾਰੀ ਦੇ ਵਿੱਚ ਛੜਕਾਂ ਦੇ ਜਾਲ ਵਿਛੇ ਉਰੋਂ ਹੋਏ ਤਾਰੀ ਹਲਕੇ ਦੇ ਵਿੱਚ ਜੇ ਬਿਜਲੀ ਪੂਰੀ ਹੋ ਗ੍ਰਿਡ ਨਵੇਂ ਬਣੇ ਉਰੋਂ ਹੋਏ ਤਾਰੀ ਹਲਕੇ ਦੇ ਵਿੱਚ ਜੇ ਮੰਡੀ ਦਾਣਾ ਮੰਡੀ ਅੰਮ੍ਰਿਤਸਰ ਤੋਂ ਦੂਜੇ ਨੰਬਰ ਤੇ ਉਹ ਵੀ ਉਰੋਂ ਬਣੀ ਤਾਰੀ ਹਲਕੇ ਦੇ ਵਿੱਚ ਬਲਾਕ ਆਈ ਤੇ ਉਹ ਵੀ ਉਰੋਂ ਆਈ ਸਾਡੇ ਵੇਲੇ ਤਾਰੀ ਹਲਕੇ ਦੇ ਵਿੱਚ ਜੇ ਤਹਿਸੀਲ ਆਈ ਸਾਬ ਤਹਿਸੀਲ ਉਹ ਵੀ ਉਦੋਂ ਆਈ ਆਹ ਹਸਪਤਲ ਵੀ ਇਹੀ ਲੈ ਗਏ ਆ ਉਹਦੇ ਪੈਸੇ ਵੀ 6-7 ਕਰੋੜ ਜਾਵਾਂਗੇ ਪਰ ਉਹ ਬਣ ਕੇ ਬੱਚੇ ਰਹੇਗਾ ਇਸ ਕਰਕੇ ਮੇਨ ਜਿਹੜੀਆਂ ਮੁਸ਼ਕਲਾਂ ਸੀ ਤਰੀਕ ਪੂਰੀ ਸਾਰੀਆਂ ਅੱਜ ਲੋਕ ਜਾਣ ਜਾਣ ਤੇ ਪਿੰਡਾਂ ਦੀ ਡਵੈਲਪਮੈਂਟ ਵੀ ਪੂਰੀ ਪਿਆ ਦੀ ਰਸਤਿਆਂ ਦੀ ਵੀ ਪੂਰੀ ਹੋਈ ਕੋਈ 30% 25% ਰਹਿ ਗਈ 75% ਜਿਹੜੇ ਕੰਮ ਮੁੱਕੇ ਹੋਣ ਨੂੰ ਅਸੀਂ ਇਹ ਬੰਕਾ ਦੇ ਨਹੀਂ ਇਸ ਕਰਕੇ ਉਹ ਲੋਕੀ ਕੰਮਾਂ ਨੂੰ ਵਿਕਾਸ ਨੂੰ ਤੇ ਸਕੀਮਾਂ ਜਨੀਆਂ ਬਣੀਆਂ ਗਰੀਬਾਂ ਦੀਆਂ ਉਹ ਵੀ ਕਾਲੀ ਦਲ ਦੇ ਵਲੇ ਬਣੀਆਂ ਕਾਂਗਰਸ ਦੀ ਇੱਕ ਵੀ ਉਹਨਾਂ ਚਾਣੀ ਲੋਕ ਅੱਜ ਯਾਦ ਕਰਨ ਲੱਪੇ ਵੀ ਨਹੀਂ ਕਾਲੀ ਦਲ ਸਾਡੀ ਆਪਣੀ ਮਾਂ ਪਾਰਟੀ ਆ ਇਕਾਲੀ ਦਲ ਜੋ ਕਹਿੰਦਾ ਕਹਿੰਦਾ ਇਸ ਕਰਕੇ ਉਹ ਵਿਸ਼ਵਾਸ ਕਰਦੇ ਆ ਪਾਰਟੀ ਦੂਜੀ ਦੂਜੀਆਂ ਪਾਰਟੀਆਂ ਦਾ ਹੁਣ ਵਿਸ਼ਵਾਸ ਨਹੀਂ ਹੈਗਾ ਉਹਨਾਂ ਨੂੰ ਪਤਾ ਵੀ ਜਿਹੜੇ ਸ਼ਮਾਂ ਖਾਈ ਜਾਂਦੇ ਆ ਜਿਹੜੇ ਸ਼ਮਾਂ ਖਾ ਕੇ ਕਰਦੇ ਉਹਨਾਂ ਤੇ ਵਿਸ਼ਵਾਸ ਲੋਕ ਨਹੀਂ ਕਰਦੇ ਇਸ ਕਰਕੇ ਕਾਲੀ ਦਲ ਦੇ ਨਾਲ ਬਹੁਤ ਪਿਆਰ ਲੋਕਾਂ ਦਾ ਕਰੇ ਕਾਲੀ ਸਰ ਆਉਣ ਵਾਲੇ ਸਮੇਂ ਨਹੀਂ ਅਜੇ ਤੱਕ ਕੋਈ ਗੱਲ ਨਹੀਂ